बूझ कारोबारी प्रिंकल के उछाते बंदियों वालों देर शाम गोलियां चलाईया गई जिस बूझ कारोबारी प्रिंकल और एक लड़की जख्मी हो गए सन। इस मामले के एक नवा मोड़ आ चुका है जिस खुद प्रिंकल के वालों एक वीडियो मैसेज जारी किया गया है जिस उसने अपने सहुरा परिवार के उत्ते गोलियां चलाने के दोष लगाए हैं। सो प्रिंकल का बयान आया सामने कि कहा कि मेरे सहुरा परिवार के वालों करवाया गया मेरे उत्ते हमला, जबकि पुलिस के वालों भी मामले की पुष्टि करदिया होया कहा गया कि प्रिंकल के उत्ते हमला घरेलू रंजिश कारण होया जिसकी की पड़ताल की जा रही है तो जल्द दोषियों गिरफ्तार कर लिया जाएगा। लुधियाना के गोलियां चलिया, दस दें कि कल शाम 6 बजे के करीब गोलियां चलिया गई। ताबड़तोड़ बूट कारोबारी प्रिंकल की दुकान से जानलेवा हमला किया गया। 4 से 5 अणपछात्या वालों गोलियां चलाई गई सन। बूट कारोबार की दुकान से फायरिंग के प्रिंकल और एक लड़की जख्मी हो गए सन। सो प्रिंकल ने हुण सहुरे परिवार से हमले के दोष लगाए ने कि घरेलू रंजिश करके यह हमला होया। पुलिस के वालों भी यह मनिया जा चुका है तो हुण मामले की पड़ताल है जिहड़ी की जा रही है तो जल्द ही गिरफ्तारी भी की जाएगी। लुधियाना दे विच गोलियां चलिया, बूट कारोबारी प्रिंकल ते जानलेवा हमला किया गया। ਭਾਜੀ ਅਸੀਂ ਨਾ ਇੱਥੇ ਕਸਟਮਰ ਅਟੈਂਡ ਕਰ ਰਹੇ ਸੀਗੇ, ਸਾਡੇ ਕੋਲ ਲੇਡੀਜ਼ ਅਤੇ ਜੈਂਟਸ ਕਸਟਮਰ ਦੋਨੋਂ ਹੀ ਸੀਗੇ ਜੀ। ਉੱਧਰੋਂ ਅਣਪਛਾਤੇ ਕੋਈ ਬੰਦੇ ਆਏ ਆ, ਮੂੰਹ 'ਤੇ ਉਹਨਾਂ ਨੇ ਰਿਵਾਲਵਰ ਬੰਨਿਆ ਸੀਗਾ ਜੀ, ਆ ਕੇ ਤਾਬੜ ਤੋੜ ਗੋਲੀਆਂ ਚਲਾਈਆਂ ਜੀ। ਇੱਥੇ ਚਲਾਈਆਂ ਜਿਹੜੇ ਮੈਡਮ ਉਹ ਪਾਰਟਨਰ ਸੀਗੇ ਉਹਨਾਂ ਦੇ, ਇਹ ਨਹੀਂ ਦੇਖਿਆ ਭਾਜੀ, ਉਹਨਾਂ ਦੇ ਕਹਿਣ ਦਾ ਮਤਲਬ ਪਾਰਟਨਰ 'ਤੇ ਵੀ ਗੋਲੀਆਂ ਵੱਜੀਆਂ, ਭਾਜੀ 'ਤੇ ਵੀ ਵੱਜੀਆਂ ਜੀ। ਅੱਛਾ ਕਿੰਨੇ ਬੰਦੇ ਸੀਗੇ ਭਾਜੀ? 3 ਤੋਂ 4 ਜਣੇ ਸੀਗੇ ਜੀ ਉਹ। ਅੱਛਾ ਦੁਕਾਨ ਕਿੱਥੇ ਆ? ਦੁਕਾਨ ਭਾਜੀ ਪ੍ਰਿੰਕਲ ਦੀ ਹੈ ਜੀ। ਕੌਣ ਹੈ? ਹਾਂਜੀ ਮਾਲਕ ਆ ਜੀ ਸਾਡਾ, ਅਸੀਂ ਜੋਬ ਕਰਦੇ ਹਾਂ ਇੱਥੇ, ਕੰਮ ਕਰਦੇ ਹਾਂ। ਜੋਬ ਕਰਕੇ ਕਿਹੜੀ ਗੱਲ ਹੈ ਇਹ ਵੀਰੇ? ਹੁਣ 15-20 ਮਿੰਟ ਪਹਿਲਾਂ ਦੀ ਗੱਲ ਆ ਭਾਜੀ। 15-20 ਮਿੰਟ ਪਹਿਲਾਂ? ਹਾਂਜੀ। ਜ਼ਖਮੀ ਕਿੰਨੇ? ਜ਼ਖਮੀ ਭਾਜੀ ਜਿਹੜੇ ਮੈਡਮ ਉਹਨਾਂ ਦੇ ਪਿੱਛੇ ਪੈਰ ਤੇ ਗੋਲੀ ਲੱਗੀ ਆ ਭਾਜੀ ਦੇ, ਇੱਥੇ ਟੋਪੀ ਤੇ ਗੋਲੀ ਵੱਜੀ ਆ, ਪਤਾ ਨਹੀਂ ਸਿਰ 'ਚ ਵੀ ਵੱਜ ਸਕਦੀ ਆ, ਪਤਾ ਨਹੀਂ ਕਿੰਨੇ ਫਾਇਰ ਹੋਏ ਭਾਜੀ। ਫਾਇਰ ਦਾ ਤਾਂ ਕੋਈ ਗਿਣਤੀ ਨਹੀਂ ਹੈਗੀ ਵੀਰੇ, ਉਹ ਪੁਲਿਸ ਵਾਲੇ ਲੈ ਕੇ ਗਏ ਆ ਸਾਰੇ, ਬਹੁਤ ਰੌਂਦ ਲੈ ਕੇ ਗਏ, ਇੰਨੇ ਰੌਂਦ ਲੈ ਕੇ ਗਏ ਜੀ। ਪੁਲਿਸ ਆ ਕੇ ਚਲ ਗਈ? ਹਾਂਜੀ ਹਾਂਜੀ ਹਾਂਜੀ। प्रिंकल जिहड़ा हैगा ये 3 नंबर एरिया दे विच एक शॉप है जिथे ये अपनी शॉप ते हाजिर सी। ये दसण मुताबिक है भी बैनीपाल ऋषभ बैनीपाल ते नाल उहदा सहुरा ते होर जिहड़े 3-4 लोग जिन्हां ने आके मेरे ते फायरिंग कीती ते उहदे विच मेरे जिहड़े इंजर्ड होए आ। ਤਾਂ ਸਭ ਤੋਂ ਪਹਿਲਾਂ ਤਾਂ ਡਾਕਟਰ ਸਾਹਿਬ ਨੇ ਜਿਹੜਾ ਦੱਸਿਆ ਵੀ ਉਹ ਹੁਣ ਹਾਲ ਦੀ ਘੜੀ ਠੀਕ ਠਾਕ ਬੋਲਦਾ, ਆਪਣੀ ਸਾਰੀ ਸਟੇਟਮੈਂਟ ਦੱਸਦਾ, ਸਾਰੇ ਹਾਲਾਤਾਂ ਬਾਰੇ ਦੱਸ ਰਿਹਾ। ਤਾਂ ਹੁਣ ਮੇ ਬੀ ਡਾਕਟਰ ਸਾਹਿਬ ਇਹਨੂੰ ਸ਼ਿਫਟ ਕਰ ਦੇਣਗੇ ਅਤੇ ਇਹਦਾ ਬੈਟਰ ਟ੍ਰੀਟਮੈਂਟ ਲਈ। ਇਹਦੇ 3 ਤੋਂ 4 ਗੋਲੀਆਂ ਲੱਗੀਆਂ, ਬਟ ਜੋ ਇਹਦੇ ਦੱਸਣ ਮੁਤਾਬਿਕ ਹੈ ਵੀ ਵਜ੍ਹਾ ਰੰਜਿਸ਼ ਕੀ ਹੈ, ਵਿੱਚ ਇਹ ਕਿਉਂ ਹੋਇਆ, ਜਿਹੜੀ ਵਜ੍ਹਾ ਰੰਜਿਸ਼ ਹੈ ਇਹਦੀ ਪਰਿਵਾਰਿਕ ਅਤੇ ਘਰੇਲੂ ਹੈ, ਜਿਹੜਾ ਕਿ ਪਰਿਵਾਰਿਕ ਤੌਰ 'ਤੇ ਇਹਦੀ ਆਪਣੀ ਫੈਮਿਲੀ ਲਾਈਫ ਜਿਹੜੀ ਹੈ, ਜਿਹੜੀ ਕਿ ਇਹਦੀ ਵਾਈਫ ਹੈ ਉਹ ਇਹਦੀ ਲਵ ਮੈਰਿਜ ਹੈ, ਜਿਹੜੇ ਉਹ ਲੋਕ ਹੈ ਇਹਦੇ ਸਹੁਰੇ ਘਰ ਤੋਂ ਜਿਹੜਾ ਉਹ ਸਪੋਰਟ ਕਰਦੇ ਆ। ਜਿਸ ਬੰਦੇ ਦਾ ਬੈਨੀਪਾਲ ਦਾ ਨਾਮ ਲੈ ਰਿਹਾ, ਜੋ ਇਹਦੇ ਇਨਲੋਜ਼ ਦਾ ਬਹੁਤ ਨੇੜੇ ਦਾ, ਅਤੇ ਇਹਦੇ ਦੱਸਣ ਮੁਤਾਬਿਕ ਹੈ ਵੀ ਪਹਿਲੋਂ ਉਸ ਲੇਡੀ ਦਾ ਵੀ ਜਿਹੜਾ ਰਿਸ਼ਤਾ ਹੈ ਉਸ ਲੜਕੇ ਨਾਲ ਹੋਣ ਵਾਲਾ, ਆਪਸ 'ਚ ਜਿਹੜਾ ਇਸ ਤਰੀਕੇ ਦੀ ਇਹਨਾਂ ਦੀ ਵਜ੍ਹਾ ਰੰਜਿਸ਼ ਹੈ। ਸਰ ਨੰਨੂ ਗੈਂਗਸਟਰ ਦਾ ਨਾਮ ਆ ਰਿਹਾ ਵਿੱਚ, ਜਿਹੜਾ 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 ਨੰਨੂ ਦੀ ਗੱਲ ਕਰ ਰਹੇ ਹੋ, ਬੈਨੀਪਾਲ ਰਿਸ਼ਭ ਬੈਨੀਪਾਲ ਏਲੀਅਸ ਨੰਨੂ, ਉਹਦੇ ਸਹੁਰਾ ਪਰਿਵਾਰ ਨਾਲ ਬਹੁਤ ਪਿਆਰ ਹੈ, ਅਤੇ ਜੋ ਕਿ ਸਹੁਰੇ ਪਰਿਵਾਰ ਦੀ ਵਿਸ਼ ਤੋਂ ਬਾਹਰ ਹੋ ਕੇ ਇਹਨੇ ਲੜਕੀ ਨਾਲ ਭਜਾ ਕੇ ਵਿਆਹ ਕਰਾਇਆ ਸੀ। ਜਿਹੜਾ ਉਹ ਪਰਿਵਾਰ ਉਸ ਲੜਕੇ ਨਾਲ ਨੰਨੂ ਨਾਲ ਉਹਦਾ ਚਾਹੁੰਦਾ ਸੀ, ਅਤੇ ਇਹੀ ਇਹਨਾਂ ਦੀ ਜਿਹੜੀ ਘਰੇਲੂ ਵਜ੍ਹਾ ਰੰਜਿਸ਼ ਹੈ। ਕੁਛ ਦਿਨ ਤੋਂ ਇਹਨਾਂ ਦਾ ਆਪਸ 'ਚ ਟੈਲੀਫੋਨ ਨਿਕਲੀ ਅਤੇ ਵੀਡੀਓ ਚੈਟ 'ਤੇ ਆਪਸ 'ਚ ਇੱਕ ਦੂਜੇ ਨੂੰ ਅਬਿਊਜ਼ ਕਰ ਰਹੇ ਸੀ, ਉਹਨੇ ਵੀ ਇਹਨੂੰ ਗਾਲਾਂ ਕੱਢੀਆਂ, ਇਹਨੇ ਵੀ ਉਹਨੂੰ ਕੱਢੀਆਂ, ਅਤੇ ਅੱਜ ਜੋ ਇਹਨੇ ਦੱਸਿਆ ਵੀ ਮੈਂ ਦੁਕਾਨ 'ਤੇ ਸੀ ਅਤੇ ਉੱਥੇ ਜਿਹੜਾ ਆ ਕੇ ਉਹਨੇ ਮੇਰੇ 'ਤੇ ਫਾਇਰਿੰਗ ਕੀਤੀ। ਉਹਦੇ ਵਿੱਚ ਇਹਨੇ ਕੋਲ ਵੀ ਜਿਹੜਾ ਪਰਸਨਲ ਆਪਣਾ ਲਾਇਸੈਂਸੀ ਵੈਪਨ ਹੈਗਾ, ਇਹਨੇ ਵੀ ਉਦੋਂ ਜਿਹੜੀ ਜਵਾਬੀ ਫਾਇਰ 'ਚ ਫਾਇਰ ਕੀਤੇ 5-6, ਅਤੇ ਉਹਦੇ ਦੱਸਣ ਮਤਲਬ ਕਿ ਉਹਨਾਂ 'ਚੋਂ ਵੀ ਸ਼ਾਇਦ ਮੇ ਬੀ ਕੋਈ ਇੱਕ ਜਣਾ ਇੰਜਰਡ ਹੋਇਆ ਹੋਵੇ, ਅਤੇ ਇਹ ਹੁਣ ਇੱਥੇ ਜੇਰੇ ਇਲਾਜ ਹੈ। ਸਟੇਟਮੈਂਟ ਲਿਖ ਲਈ ਹੈ, ਬਾਏ ਨੇਮ ਜਿਹੜਾ ਇਹਨੇ ਬੰਦੇ ਲਿਖਾਏ ਉਹਨਾਂ ਦੇ ਪਰਚਾ ਦਰਜ ਕਰ ਲਿਆ ਅਤੇ ਉਹਨੂੰ ਗ੍ਰਿਫਤਾਰ ਕਰ ਲਿਆ। ਹਾਂ, ਇੱਕ ਜਿਹੜਾ ਇੱਕ ਇਹ ਇੰਜਰਡ, ਇੱਕ ਨਾਲ ਹੋ ਰਹੀ, ਇਹਦੇ ਤਕਰੀਬਨ 3 ਜਾਂ 4 ਜੋ ਡਾਕਟਰ ਸਾਹਿਬ ਹਜੇ ਐਗਜ਼ਾਮਿਨ ਕਰ ਰਹੇ ਕਿਉਂਕਿ ਉਹ ਬੰਦੇ ਇਹਦੀ ਦੁਕਾਨ 'ਤੇ ਆਏ ਜਿਹਦੇ ਨਾਲ ਸੈਕਿੰਡ ਜਿਹੜਾ ਫਾਇਰ ਕੀਤਾ, ਔਰ ਇਮੀਡੀਏਟਲੀ ਉਹਨੇ ਅੱਗੇ ਰਿਵਰਟ ਬੈਕ ਉਹਦੇ ਫਾਇਰ ਕੀਤਾ ਆਪਣੇ ਲਾਇਸੈਂਸੀ ਵੈਪਨ ਦੇ ਨਾਲ, ਅਤੇ ਉਹ ਤੋਂ ਬਾਅਦ ਉੱਥੋਂ ਭੱਜ ਗਏ।
तीन तो चार आदमी ये दसन मुताबिक है भी अंदर दो है सी बाकी उतना एक दो हो डॉक्टर साहब के दसन मुताबिक है हुण हजे गल कर रहे हैं बट ए जो सिटी स्कैन वगैरह करा रहे हैं तो फिर उस बाद डॉक्टर साहब अगर फरदर सू दस सीसीटीवी वगैरह असं फुटेज ले लिए और ए खुद बाय नेम जो मुकदमा दर्ज कराया और सारे बंद जो पछाणता तहु मैं पहलों भी दस के हटा भी यदा परिवारिक रौला वाइफ जी हमने थोड़ी देर पहलों मैरिज हुई सी उस तो बाद यदि वाइफ किसी तरह न घरेलू प्रॉब्लम करके जी वाइफ है तो डायवोर्स लै रही वो पेके घर चले गई है वापस तो वो जो कारण है वो ये बैनीपाल जो नन्नू है उही है तो यही इन्हों की वजह रंजिश है तीन तो चार बंदे दसे हैं तो जेडे असी हूँ स्टेटमेंट लिख के बाय नेम जो मुकदमा